ਸਤਿ ਸ੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖਬਰ ਤੇ ਨਜ਼ਰ ਵਿਦ ਡਾਕਟਰ ਹਰਜਿੰਦਰ ਸਿੰਘ ਵਾਲੀਆ ਸ਼ੋਅ ਦੇ ਵਿੱਚ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਟੂਡੀਓ ਵਿੱਚ ਆਉਣ 'ਤੇ ਸਵਾਗਤ ਕਰਦੇ। ਡਾਕਟਰ ਸਾਹਿਬ ਜੀ ਬਹੁਤ ਸਵਾਗਤ ਆਪ ਜੀ ਦਾ ਸਟੂਡੀਓ ਵਿੱਚ ਆਉਣ ਦੇ ਲਈ। ਡਾਕਟਰ ਸਾਹਿਬ ਜੀ, ਜੇ ਸਭ ਤੋਂ ਪਹਿਲਾਂ ਅੱਜ ਗੱਲ ਕਰੀਏ ਤਾਂ ਪੰਜਾਬ ਵਿੱਚ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਸੂਬਾ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸਾਡੇ ਸਿਹਤ ਮੰਤਰੀ ਜੀ ਨੇ ਵੀ ਕਿਹਾ ਕਿ ਨਸ਼ਿਆਂ ਦੀ ਸਪਲਾਈ ਲਾਈਨ ਹੁਣ ਤੋੜ ਦਿੱਤੀ ਗਈ ਹੈ। ਹਾਂਜੀ, ਦਾਅਵੇ ਤਾਂ ਸਾਰੇ ਪਾਸੇ ਹੋ ਰਹੇ ਨੇ ਜੀ, ਪਰ ਦੂਜੇ ਪਾਸੇ ਇਹ ਵੀ ਹੈ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੇ ਹੈ 12ਵਾਂ ਬੰਦਾ ਕੱਲ ਜਿਹੜਾ ਓਵਰਡੋਜ਼ ਕਾਰਨ ਮਾਰਿਆ ਗਿਆ ਜੀ। ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਬ੍ਰਹਮ ਮਹਿੰਦਰਾ ਜੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਦੇ ਵਿੱਚ ਆਪਣਾ ਭਾਸ਼ਣ ਦੇ ਰਹੇ ਸੀ ਜੀ ਕਿ ਅਸੀਂ ਇਹ ਲਾਈਨ ਤੋੜ ਦਿੱਤੀ ਹੈ, ਉਸੇ ਵੇਲੇ ਰਾਮਪੁਰਾ ਫੂਲ ਤੋਂ ਖਬਰ ਸੀ ਜਿਹੜੀ ਬਹੁਤ ਦਿਲ ਕੰਬਾਊ ਹੈ ਕਿ ਇੱਕ ਨਸ਼ੇੜੀ ਮੁੰਡਾ ਨੌਜਵਾਨ ਉਸ ਨੂੰ ਸੰਸਕਾਰ ਕਰਨ ਲਈ ਜਦੋਂ ਲੈ ਕੇ ਗਏ ਜੀ ਤੇ ਲੋਕ ਅਰਦਾਸ ਕਰਕੇ ਸੰਸਕਾਰ ਤੋਂ ਬਾਅਦ ਜਦੋਂ ਵਾਪਸ ਪਹੁੰਚੇ ਸੀ ਘਰਾਂ 'ਚ, ਦੁਬਾਰਾ ਸੁਨੇਹਾ ਆ ਗਿਆ ਕਿ ਉਹ ਮੁੰਡਾ ਜਿਹੜਾ ਹੈ ਉਸਨੂੰ ਦੁਬਾਰਾ ਫੂਕਣਾ ਪਏਗਾ, ਕਿਉਂਕਿ ਇਹ ਹੁੰਦਾ ਹੈ ਕਿ ਜਿਹੜੀ ਜ਼ਿਆਦਾ ਡੋਜ਼ ਨਾਲ ਜਿਹੜਾ ਸਰੀਰ ਦਾ ਅਗਲਾ ਹਿੱਸਾ ਹੈ ਉਹ ਪਲਾਸਟਿਕ ਵਾਂਗ ਬਣ ਜਾਂਦਾ, ਬਦਲ ਜਾਂਦਾ ਹੈ, ਉਹਨੂੰ ਅੱਗ ਜਿਹੜੀ ਹੈ ਜਿਹੜੀ ਇੰਨੀ ਜ਼ਿਆਦਾ ਆਪਾਂ ਲੱਕੜਾਂ ਲਾਉਣੇ ਇਸ ਦੇ ਬਾਵਜੂਦ ਉਹ ਸੜਦਾ ਨਹੀਂ ਜੀ। ਇਹ ਕੋਈ ਨਵੀਂ ਗੱਲ ਨਹੀਂ, ਅੱਜ ਕੱਲ੍ਹ ਇਹ ਹੋ ਰਿਹਾ ਜੀ। ਸੋ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਅਸੀਂ ਸਪਲਾਈ ਲਾਈਨ ਤੋੜਤੀ, ਇਕੱਲੇ ਬ੍ਰਹਮ ਮਹਿੰਦਰਾ ਨੇ ਨਹੀਂ ਕਿਹਾ ਜੀ ਜੀ, ਕੱਲ੍ਹ ਥਾਂ ਥਾਂ 'ਤੇ ਜਿਹੜਾ ਹੈ ਨਸ਼ਾ ਵਿਰੋਧੀ ਜਿਹੜਾ ਇੰਟਰਨੈਸ਼ਨਲ ਦਿਵਸ ਮਨਾਇਆ ਗਿਆ, ਥਾਂ ਥਾਂ 'ਤੇ ਇਹ ਗੱਲ ਹੋਈ, ਮੀਡੀਆ ਦੇ ਵਿੱਚ ਵੀ ਥਾਂ ਥਾਂ 'ਤੇ ਇਹ ਜਿਹੜਾ ਹੈ ਚਰਚਾ ਹੋਈ, ਅਸੀਂ ਵੀ ਕੀਤੀ ਚਰਚਾ। ਚੜ੍ਹਦੀ ਕਲਾ ਟਾਈਮ ਟੀਵੀ ਦੇ ਵਿੱਚ ਅਸੀਂ 3 ਐਕਸਪਰਟ ਬੁਲਾਏ ਕੱਲ੍ਹ ਚਰਚਾ ਪ੍ਰੋਗਰਾਮ 'ਚ, ਅੱਜ ਵੀ ਅਸੀਂ ਸਮਾਧਾਨ 'ਤੇ ਸ਼ਾਮ ਨੂੰ 6 ਵਜੇ 'ਤੇ ਚਰਚਾ ਕਰਨੀ ਹੈ ਜੀ। ਗੱਲ ਇਹ ਹੈ ਕਿ ਸਰਕਾਰਾਂ 'ਤੇ ਹੁਣ ਸਾਨੂੰ ਕੋਈ ਜ਼ਿਆਦਾ ਵਿਸ਼ਵਾਸ ਨਹੀਂ ਰਿਹਾ, ਜਿੰਨੀਆਂ ਮਰਜ਼ੀ ਸੋਹਾਂ ਖਾ ਲੈਣ, ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਖਾ ਲੈਣ, ਗੁਰਦੁਆਰੇ ਜਾ ਕੇ ਖਾ ਲੈਣ, ਕੈਪਟਨ ਸਾਹਿਬ ਸੱਚਮੁੱਚ ਇਹ ਮੁੱਦਾ ਇੱਕ ਐਸਾ ਜਿਹਦੇ 'ਚ ਪੰਜਾਬ ਬਹੁਤ ਬੁਰੀ ਤਰੀਕੇ ਨਾਲ ਜਿਹੜਾ ਹੈ ਮਾਰਿਆ ਜਾ ਰਿਹਾ, ਚਿੱਟਾ ਪੰਜਾਬ ਨੂੰ ਬਰਬਾਦ ਕਰ ਰਿਹਾ, ਚਿੱਟਾ ਪੰਜਾਬ 'ਚ ਕਾਲੇ ਦਿਨ ਲਿਆ ਰਿਹਾ, ਔਰ ਅਸੀਂ ਇਹ ਸਮਝਦੇ ਹਾਂ ਕਿ ਜੇ ਇਹ ਤੋਂ ਨਿਜਾਤ ਪਾਉਣੀ ਹੈ ਤਾਂ ਪਿਆਰੇ ਦਰਸ਼ਕੋ ਸਮਾਜ ਨੂੰ ਉੱਠਣਾ ਪਏਗਾ, ਤੁਹਾਨੂੰ ਉੱਠਣਾ ਪਏਗਾ, ਇੱਕ ਨਸ਼ਾ ਵਿਰੋਧੀ ਵਾਤਾਵਰਨ ਤਿਆਰ ਕਰਨਾ ਪਏਗਾ, ਸਾਨੂੰ ਸਭ ਨੂੰ ਇਸ ਪਾਸੇ ਇਕੱਠੇ ਹੋ ਕੇ ਚੱਲਣਾ ਪਏਗਾ। ਸਰਕਾਰਾਂ ਦਾਅਵੇ ਕਰਦੀਆਂ ਰਹਿਣਗੀਆਂ, ਸਰਕਾਰਾਂ ਹੈਰੋਇਨ ਫੜਨ ਦੇ ਦਾਅਵੇ ਕਰਨਗੀਆਂ, ਵੱਧ ਤੋਂ ਵੱਧ ਕੇਸ ਬਣਾਉਣ ਦੇ ਦਾਅਵੇ ਕਰਨਗੀਆਂ, ਪਹਿਲਾਂ ਵੀ ਕੀਤੇ ਸੀ, ਅਕਾਲੀ ਸਰਕਾਰ ਵੀ ਇਹ ਕਹਿੰਦੀ ਸੀ ਅਸੀਂ ਇੰਨੇ ਕੇਸ ਬਣਾਏ, ਇਹਦੇ ਨਾਲ ਕੋਈ ਫਰਕ ਨਹੀਂ ਪੈ ਰਿਹਾ, ਬਲਕਿ ਲਗਾਤਾਰ ਪਿਛਲੇ 4-5 ਦਿਨ ਤੋਂ ਅਸੀਂ ਇਹ ਦੇਖਿਆ ਕਿ ਜ਼ਿਆਦਾ ਨੌਜਵਾਨ ਮਰ ਰਹੇ ਨੇ, ਇਸ ਪਾਸੇ ਸਾਨੂੰ ਆਪ ਉੱਠਣਾ ਪਏਗਾ, ਮਾਪਿਆਂ ਨੂੰ, ਅਧਿਆਪਕਾਂ ਨੂੰ, ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਅਸੀਂ ਇੱਕ ਅਵੇਅਰਨੈਸ ਕੰਪੇਨ ਚਲਾਈਏ ਤਾਂ ਸ਼ਾਇਦ ਅਸੀਂ ਇਸ ਪਾਸੋਂ ਕੁਛ ਕਰ ਸਕੀਏ, ਮਹਿਸੂਸ ਕਰੀਏ ਜੀ। ਡਾਕਟਰ ਸਾਹਿਬ, ਅਗਲੀ ਖਬਰ ਅਸੀਂ ਲਈਏ, ਸਿਡਨੀ ਦੇ ਗੁਰੂ ਘਰ ਵਿੱਚ ਕੁਰਸੀਆਂ 'ਤੇ ਬੈਠ ਕੇ ਲੰਗਰ ਛਕਣ ਦੇ ਜੋ ਹੁਕਮ ਜਾਰੀ ਕੀਤੇ ਗਏ ਨੇ, ਉਸ ਦੇ ਸੰਬੰਧ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਨੋਟਿਸ ਲੈਂਦੇ ਹੋਏ ਕਿਹਾ ਹੈ ਕਿ ਵਾਪਸ ਲਏ ਜਾਣ ਹੁਕਮ। ਦੇਖੋ, ਇਹ ਕੋਈ ਨਵੀਂ ਗੱਲ ਤਾਂ ਨਹੀਂ ਹੈ ਜੀ, ਮਤਲਬ ਕੈਨੇਡਾ ਦੇ ਗੁਰਦੁਆਰਿਆਂ 'ਚ ਉੱਥੇ ਤਾਂ ਨਾਂ ਵੀ ਰੱਖੇ ਹੋਏ ਨੇ, ਕੁਰਸੀਆਂ ਵਾਲਾ ਗੁਰਦੁਆਰਾ, ਤੱਪੜਾਂ ਵਾਲਾ ਗੁਰਦੁਆਰਾ ਜੀ, ਮਤਲਬ ਗੱਲ ਇਹ ਹੈ ਕਿ ਲੰਗਰ ਦੀ ਪ੍ਰਥਾ ਗੁਰੂ ਸਾਹਿਬ ਨੇ ਕਿਸ ਕਾਰਨ ਸ਼ੁਰੂ ਕੀਤੀ ਸੀ ਇਹ ਸਮਝਣ ਦੀ ਲੋੜ ਹੈ, ਉਹਦੇ ਵਿੱਚੋਂ ਭਾਵਨਾ ਸਮਝਣ ਦੀ ਲੋੜ ਹੈ। ਪੰਗਤ ਔਰ ਸੰਗਤ, ਯਾਨੀ ਬਰਾਬਰੀ ਦਾ ਸੰਦੇਸ਼ ਜਿਹੜਾ ਸੀ ਇਹਦੇ ਵਿੱਚ ਉਹ ਹੈ ਜੀ, ਅਤੇ ਉਹ ਹੁਣ ਇਹ ਮਰਿਆਦਾ ਬਣ ਗਈ, ਸ਼ਾਇਦ ਉਸ ਵੇਲੇ ਕੁਰਸੀਆਂ ਮੇਜ਼ ਹੁੰਦੇ ਵੀ ਨਹੀਂ ਸੀ ਜੀ, ਮਰਿਆਦਾ ਬਣ ਗਈ ਕਿ ਤੁਸੀਂ ਲੰਗਰ ਧਰਤੀ 'ਤੇ ਬੈਠ ਕੇ ਛਕਣਾ, ਲੇਕਿਨ ਸਮੇਂ ਦੇ ਅਨੁਸਾਰ ਤਬਦੀਲੀਆਂ ਵੀ ਆਉਂਦੀਆਂ ਨੇ, ਇਸ ਧਰਮ 'ਚ ਵੀ ਆਈਆਂ ਬਹੁਤ ਥਾਵਾਂ 'ਤੇ, ਹੁਣ ਅਸੀਂ ਵੀ ਦੇਖਿਆ ਕਿ ਬਹੁਤ ਵਾਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਧਾਬ ਆ, ਜਿਹੜੇ ਬੰਦੇ ਨਹੀਂ ਸਿੱਧੇ ਬੈਠ ਸਕਦੇ ਉਹ ਥੋੜ੍ਹਾ ਜਿਹਾ ਕੁਰਸੀ ਜਾਂ ਪੀੜ੍ਹੀ ਟਾਈਪ ਉਹਨੂੰ ਦੇ ਦਿੱਤਾ ਜਾਂਦਾ, ਵੱਡੇ ਬਾਦਲ ਸਾਹਿਬ ਨਹੀਂ ਬੈਠ ਸਕਦੇ, ਪ੍ਰਕਾਸ਼ ਸਿੰਘ ਬਾਦਲ ਉਹ ਵੀ ਤਾਂ ਬੈਠਦੇ ਨੇ, ਤੋ ਇਸੇ ਤਰੀਕੇ ਨਾਲ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਹੋਇਆ ਕਿ ਲੰਗਰ ਜਿਹੜਾ ਹੈ ਉਹਨੂੰ ਨਾਲ ਕੁਰਸੀਆਂ ਵੀ ਲਾ ਦਿਉ, ਜਿਹਨੇ ਥੱਲੇ ਬੈਠ ਕੇ ਛਕਣਾ ਥੱਲੇ ਬੈਠ ਕੇ ਛਕ ਲਏ, ਜਿਹੜਾ ਉੱਪਰ ਬੈਠ ਕੇ ਛਕਣਾ ਚਾਹੁੰਦਾ
ਕੁਰਸੀ ਵੇਚਦੇ ਉਹ ਛਕ ਲਏ। ਸਿਡਨੀ ਦੇ ਇੱਕ ਗੁਰਦੁਆਰਾ ਦੇ ਵਿੱਚ ਇਹ ਹੁਕਮ ਜਾਰੀ ਹੋ ਗਿਆ ਕਿ ਸਭ ਨੇ ਲੰਗਰ ਕੁਰਸੀਆਂ 'ਤੇ ਬੈਠ ਕੇ ਛਕਣਾ। ਜਿਹੜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਹੁਣ ਫਰਮਾਨ ਦਿੱਤਾ ਉਹ ਇਹ ਦਿੱਤਾ ਕਿ ਤੁਸੀਂ ਸਿਡਨੀ ਦੇ ਪ੍ਰਬੰਧਕ ਕਮੇਟੀ ਆਸਟਲ ਗੁਰਦੁਆਰਾ ਸਿਡਨੀ ਦਾ ਕਿ ਤੁਸੀਂ ਇਹ ਹੁਕਮ ਵਾਪਸ ਲਓ, ਇਹ ਨਹੀਂ ਹੋਣਾ ਚਾਹੀਦਾ। ਮੈਂ ਸਿਡਨੀ ਦੇ ਗੁਰਦੁਆਰੇ ਦੇ ਵਿੱਚ ਜਾ ਕੇ ਦੇਖਿਆ, ਮੈਂ ਖੁਦ ਅੱਜ ਤੋਂ ਕਈ ਸਾਲ ਪਹਿਲਾਂ ਵੀ ਦੇਖਿਆ ਕਿ ਉੱਥੇ ਦੋਨੇ ਚੀਜ਼ਾਂ ਨੇ। ਉੱਥੇ ਇੱਕ ਦੋ ਰੋ ਵੱਡੇ ਟੇਬਲ ਦੀ ਲੱਗੀ ਹੋਈ ਹੈ, ਜਿਹਨੇ ਥੱਲੇ ਬੈਠ ਕੇ ਛਕਣਾ, ਬਜ਼ੁਰਗ ਜਿਹੜੇ ਥੱਲੇ ਨਹੀਂ ਬੈਠ ਸਕਦੇ ਉਹ ਉੱਥੇ ਬੈਠ ਕੇ ਛਕ ਲੈਣ। ਤੋ ਮੇਰਾ ਖਿਆਲ ਹੈ ਇਹਦੇ 'ਚ ਕੋਈ ਜ਼ਿਆਦਾ ਉਹ ਨਹੀਂ ਹੋਣਾ ਚਾਹੀਦਾ, ਲੇਕਿਨ ਫਰਮਾਨ ਕੋਈ ਵੀ ਕਰੇ ਉਹ ਗਲਤ ਹੈ। ਉਹ ਜਿਹੜਾ ਉੱਥੇ ਫਰਮਾਨ ਜਾਰੀ ਹੋ ਗਿਆ ਨਾ, ਉਹ ਤਾਂ ਮੈਂ ਸਮਝਦਾ ਕਿ ਅਕਾਲ ਤਖ਼ਤ ਸਾਹਿਬ ਜਥੇ ਠੀਕ ਕਹਿ ਰਹੇ ਨੇ। ਬਾਕੀ ਜੇ ਕੁਰਸੀਆਂ 'ਤੇ ਬੈਠ ਕੇ ਜਾਣਾ ਉਹਨੂੰ ਇੰਨਾ ਵੀ ਨਾ ਤੁਸੀਂ ਜਿਹੜਾ ਮੁੱਦਾ ਬਣਾਉਣਾ ਚਾਹੀਦਾ, ਇਹ ਸਮਝ ਲੈਣਾ ਚਾਹੀਦਾ ਸਮੇਂ ਦੇ ਅਨੁਸਾਰ। ਲੇਕਿਨ ਮੈਂ ਕੈਨੇਡਾ ਦੇ ਇੱਕ ਦੋ ਗੁਰਦੁਆਰੇ 'ਚ ਤਾਂ ਦੇਖਿਆ ਉੱਥੇ ਥੱਲੇ ਬੈਠਣ ਦੀ ਪਰੰਪਰਾ ਹੀ ਖਤਮ, ਮਰਿਆਦਾ ਹੀ ਖਤਮ ਕਰਤੀ ਜੀ। ਕੈਨੇਡਾ ਦੇ ਵਿੱਚ ਐਡਮਿੰਟਨ ਦੇ ਵਿੱਚ ਗੁਰਦੁਆਰਾ, ਮੈਂ ਹੈਰਾਨ ਹੋਇਆ, ਉੱਥੇ ਤਾਂ ਬਿਲਕੁਲ ਟੇਬਲ ਲੱਗੇ ਹੋਏ ਨੇ ਜਿਵੇਂ ਮਾਊਂਟ ਆਬੂ ਲੱਗੇ ਹੋਏ ਨੇ, ਡਾਇਨਿੰਗ ਹਾਲ ਬਣਾਇਆ ਹੋਇਆ। ਸੋ ਥਾਂ ਥਾਂ 'ਤੇ ਹੁਣ ਇਹ ਤਬਦੀਲੀਆਂ ਆ ਰਹੀਆਂ ਨੇ। ਇਹਦੇ ਬਾਰੇ ਸਿੱਖ ਕੌਮ ਨੂੰ ਬੈਠ ਕੇ ਵਿਚਾਰ ਕਰਨ ਦੀ ਲੋੜ ਹੈ। ਅਤੇ ਇੱਕ ਪਾਸੇ ਅਸੀਂ ਇਹ ਤਾਂ ਬਹੁਤ ਪਹਿਲਾਂ ਟਕਰਾਅ ਦੀ ਸਥਿਤੀ 'ਚੋਂ ਨਿਕਲ ਚੁੱਕੇ ਹਾਂ, ਦੁਬਾਰਾ ਇਸ ਪਾਸੇ ਨਾ ਲੱਗੀਏ। ਹੋਰ ਬੜੇ ਇਸ਼ੂ ਨੇ ਸਾਡੀ ਕੌਮ ਸਾਹਮਣੇ, ਇਸ ਇਸ਼ੂ ਤੋਂ ਅਸੀਂ ਬਚੀਏ ਜੀ। ਡਾਕਟਰ ਸਾਹਿਬ, ਪੰਜਾਬ ਵਿੱਚ ਹੁਣ ਰੇਤਾਂ ਦੀਆਂ ਖੱਡਾਂ ਦੀ ਨਿਲਾਮੀ ਹੋਵੇਗੀ, ਮਾਈਨਿੰਗ ਕਾਰਪੋਰੇਸ਼ਨ ਦੀ ਸਥਾਪਨਾ ਦੇ ਲਈ ਜੋ ਸਿੱਧੂ ਦੇ ਸੁਝਾਅ ਨੂੰ ਵੀ ਮੰਨਿਆ ਗਿਆ? ਦੇਖੋ ਜੀ, ਮੰਨਿਆ ਪੂਰਾ ਨਹੀਂ ਗਿਆ ਜੀ। ਤੇਲੰਗਾਨਾ ਦੇ ਤਰਜ਼ 'ਤੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਕਮੇਟੀ ਉਹਦੀ ਅਗਵਾਈ 'ਚ ਬਣਾਈ ਸੀ, ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਕਾਰਪੋਰੇਸ਼ਨ ਬਣਾ ਲਓ ਜੀ, ਸਾਨੂੰ 1400-1500 ਕਰੋੜ ਰੁਪਇਆ ਪੰਜਾਬ ਨੂੰ ਆਮਦਨ ਹੋਏਗੀ। ਸ਼ਾਇਦ ਉਹ ਠੀਕ ਕਹਿ ਰਹੇ ਨੇ ਜੀ, ਲੇਕਿਨ ਹਾਲ ਦੀ ਘੜੀ ਕੀ ਕੀਤਾ ਹੈ, ਹਾਲ ਦੀ ਘੜੀ ਬੋਲੀ ਹੋਏਗੀ ਜੀ, ਔਰ ਬੋਲੀ ਦੇ ਵਿੱਚ ਜਿਹੜੀ ਸਰਕਾਰ ਬੋਲੀ ਕਰੇਗੀ। ਦਾਅਵਾ ਇਹ ਕੀਤਾ ਕੈਪਟਨ ਸਾਹਿਬ ਨੇ ਕਿ ਪਾਰਦਰਸ਼ੀ ਹੋਏਗੀ, ਲੇਕਿਨ ਜਿਹੜਾ ਸਿੱਧੂ ਦਾ ਸੁਝਾਅ ਹੈ ਕਮੇਟੀ ਵੱਲੋਂ, ਇਹ ਤਾਂ ਵੀ ਵਿਚਾਰ ਕਰਨ ਲਈ ਕਹਿ ਦਿੱਤਾ ਗਿਆ। ਅਲਟੀਮੇਟਲੀ ਗੱਲ ਨਿਕਲੀ ਹੈ ਤਾਂ ਸ਼ਾਇਦ ਕੋਈ ਨਾ ਕੋਈ ਟਾਈਮ ਐਸਾ ਆਏਗਾ ਇਹ ਪੰਜਾਬ ਦੇ ਵਿੱਚ ਮਾਈਨਿੰਗ ਕਾਰਪੋਰੇਸ਼ਨ ਬਣੇਗੀ ਬਣੇਗੀ, ਕਿਉਂਕਿ ਰੇਤ ਮਾਫੀਆ ਨੇ ਜਿੰਨਾ ਪੰਜਾਬ ਦਾ ਪਿਛਲੇ ਦਿਨਾਂ 'ਚ ਨੁਕਸਾਨ ਕੀਤਾ, ਸ਼ਾਇਦ ਹੋਰ ਮਾਫੀਆ ਦੇ ਉਨ੍ਹਾਂ ਇਹਨਾਂ ਦਿਨਾਂ 'ਚ ਨਹੀਂ ਕੀਤਾ ਜੀ। ਡਾਕਟਰ ਸਾਹਿਬ, ਔਰਤਾਂ ਦੇ ਖਿਲਾਫ਼ ਜਿਨਸੀ ਹਿੰਸਾ ਵਿੱਚ ਭਾਰਤ ਸਭ ਤੋਂ ਅੱਗੇ ਹੈ, ਥਾਮਸਨ ਰਾਈਟਰਸ ਫਾਊਂਡੇਸ਼ਨ ਦੇ ਇੱਕ ਸਰਵੇਖਣ ਦੇ ਵਿੱਚ ਇਹ ਗੱਲ ਸਾਹਮਣੇ ਆਈ। ਇਹ ਜਿਹੜੀ ਥਾਮਸਨ ਫਾਊਂਡੇਸ਼ਨ ਰਾਈਟਰਸ ਹੈ, ਇਹਨਾਂ ਨੇ, ਇਹਨਾਂ ਦੇ ਕੋਲ 500 ਤੋਂ ਕਰੀਬ 516 ਮੈਂਬਰ ਨੇ ਜੀ। ਇਹਨਾਂ ਨੇ ਕੁਛ ਸੈਂਪਲ ਦਾ ਨਮੂਨੇ ਲੈ ਕੇ ਸਰਵੇਖਣ ਕੀਤਾ। ਉਹ ਸਰਵੇਖਣ 'ਚ ਆਇਆ ਕਿ ਹਿੰਦੁਸਤਾਨ ਦੀ ਔਰਤ ਜਿਹੜੀ ਹੈ ਇਹ ਸਭ ਤੋਂ ਜ਼ਿਆਦਾ ਅਸੁਰੱਖਿਅਤ ਹੈ ਜੀ, ਸਿਕਿਓਰ ਨਹੀਂ ਹੈ ਜੀ। ਇੱਥੇ ਸੈਕਸੁਅਲ ਅਬਿਊਜ਼ ਜੀ, ਜਿਨਸੀ ਜਿਹੜੀ ਹਿੰਸਾ ਉਹਦੇ ਖਿਲਾਫ਼ ਸਭ ਤੋਂ ਜ਼ਿਆਦਾ ਹੁੰਦੀ ਹੈ। ਇਹ ਉਹਨਾਂ ਨੇ ਜਿਹੜੇ ਸਰਵੇ ਕੀਤਾ ਉਹਦੇ ਜਿਹੜੇ ਮਾਪਦੰਡ ਸੀ। ਵੈਸੇ ਜਦੋਂ ਮੈਂ ਇੱਕ PhD ਕਰਵਾਈ, ਇੱਕ ਲੜਕੀ ਨੇ ਮੇਰੇ ਕੋਲ PhD ਕੀਤੀ ਸੀ, 114 ਜਿਹੜੇ ਨੇ ਨਾ ਮਾਪਦੰਡ ਨੇ, ਪੈਰਾਮੀਟਰ ਹੁੰਦੇ ਨੇ ਜੀ। ਔਰਤ ਹਿੰਦੁਸਤਾਨ ਦੀ ਜਿੰਨਾ ਮਰਜ਼ੀ ਕਰੇ, ਹਾਲੇ ਵੀ ਔਰਤ ਨੂੰ ਡਿਸੀਜ਼ਨ ਲੈਣ ਦਾ ਕੋਈ ਹੱਕ ਨਹੀਂ ਜੀ। ਇੱਥੋਂ ਤੱਕ ਕਿ ਉਹ ਆਪਣੇ ਕੱਪੜੇ ਵੀ ਨਹੀਂ ਸਿਲੈਕਟ ਕਰ ਸਕਦੀ, ਉਹ ਵੀ ਮਾਪੇ ਦੱਸਦੇ ਨੇ ਇਹ ਨਹੀਂ ਪਾਉਣਾ ਉਹ ਨਹੀਂ ਪਾਉਣਾ। ਵਿਆਹ ਦੀ ਤਾਂ ਗੱਲ ਹੀ ਛੱਡੋ ਜੀ, ਇਹ ਵੀ ਲੱਗਦਾ ਮਤਲਬ ਉਹਦੇ ਕੋਲ ਕੋਈ ਜ਼ਿਆਦਾ ਉਹ ਨਹੀਂ। ਸੋ ਹੁਣ ਹਿੰਦੁਸਤਾਨ ਸਭ ਤੋਂ ਜਿਹੜੇ ਖਤਰਨਾਕ ਸਥਿਤੀ 'ਚ ਪਹੁੰਚ ਗਿਆ ਇਸ ਸਰਵੇ ਦੇ ਅਨੁਸਾਰ। ਸੀਰੀਆ 3 ਨੰਬਰ 'ਤੇ, ਅਫਗਾਨਿਸਤਾਨ 2 ਨੰਬਰ 'ਤੇ, ਜਿਹੜੀ ਅਸੀਂ ਅਫਗਾਨਿਸਤਾਨ ਨਾਲ ਵੀ ਮਾੜੇ ਹਾਂ, ਜਿਹੜੇ ਮੁਸਲਿਮ ਕੰਟਰੀ ਜਿਹੜੇ ਬੁਰਕਾ ਪਾ ਕੇ ਕਹਿੰਦੇ ਨੇ, ਜਿਹੜੇ ਕਹਿੰਦੇ ਨੇ ਸਕੂਲਾਂ 'ਚ ਕੁੜੀ ਜਾਣੀ ਨਹੀਂ ਚਾਹੀਦੀ, ਮਤਲਬ ਪੜ੍ਹਨ ਦੀ ਆਗਿਆ ਹੀ ਨਹੀਂ ਜਿੱਥੇ, ਉਹਦੇ ਨਾਲੋਂ ਵੀ ਮਾੜੀ ਹਾਲਤ ਸਾਡੀ ਹੈ। ਤੋ ਉਹਦੇ ਵਿੱਚ ਹੋਇਆ ਹੁਣ ਇਹ ਹੈ ਕਿ ਜਿਹੜੀ ਸਾਡੀ ਕੌਮੀ ਕਮਿਸ਼ਨ ਹੈ ਔਰਤਾਂ ਦਾ, ਮਹਿਲਾ ਕਮਿਸ਼ਨ, ਉਹਨੇ ਰੱਦ ਕਰਤੀ ਇਹ ਵੀ, ਝੂਠ ਬੋਲਦਾ। ਇਹਨਾਂ ਦਾ ਜਿਹੜਾ ਸੈਂਪਲ ਹੈ ਉਹ ਛੋਟਾ ਸੀ, ਅਸੀਂ ਇੱਡੀ ਸਾਡੀ ਸਥਿਤੀ ਮਾੜੀ ਨਹੀਂ, ਕਿਉਂਕਿ ਪ੍ਰਾਈਵੇਟ ਅਦਾਰੇ ਨੇ ਸਰਵੇਖਣ ਕੀਤਾ ਪਰ ਧਿਆਨ ਖਿੱਚਿਆ। ਇਹ ਗੱਲ ਆਪਣੇ ਆਪ 'ਚ ਵੱਡੀ ਹੈ ਕਿ ਉਹਨੇ ਸਾਡਾ ਧਿਆਨ ਖਿੱਚਿਆ, ਅਦਰਵਾਈਜ਼ ਜ਼ਰੂਰੀ ਨਹੀਂ ਕਿ ਇਹ ਗੱਲ ਸੱਚ ਹੋਵੇ ਜੀ। ਡਾਕਟਰ ਸਾਹਿਬ, ਜਸਵੰਤ ਸਿੰਘ ਕਮਲ ਦੇ 100ਵੇਂ ਜਨਮ ਦਿਨ 'ਤੇ ਢੁੱਡੀ ਕੇ ਵਿੱਚ ਸਾਹਿਤਕਾਰਾਂ ਨੇ ਮੇਲਾ ਲਗਾਇਆ। ਬਿਲਕੁਲ ਜੀ, ਬਹੁਤ ਖੁਸ਼ੀ ਦੀ ਗੱਲ ਹੈ ਜੀ। ਮੁਬਾਰਕਬਾਦ ਸਵਾਦ ਜਸਵੰਤ ਸਿੰਘ ਕਮਲ ਹੋਰਾਂ ਨੂੰ ਜੀ। ਮੈਂ ਨਿੱਜੀ ਤੌਰ 'ਤੇ ਤਾਂ ਵੈਸੇ ਹੀ ਮੈਂ ਮੰਨਦਾ ਕਿ ਉਹਨਾਂ ਨੇ ਮੈਨੂੰ ਪੱਤਰਕਾਰੀ ਦਾ ਰਾਹ ਮੈਂ ਜਦੋਂ ਪਿਆ, ਮੇਰੀ ਪਹਿਲੀ ਇੰਟਰਵਿਊ
1974-75 ਦੇ ਵਿੱਚ ਜਸਵੰਤ ਸਿੰਘ ਕੰਵਲ ਨਾਲ ਛਪੀ ਸੀ ਜੀ। ਔਰ ਜਦੋਂ ਮੈਂ ਸਹਿਤ ਦੇ ਰਾਹ ਪਿਆ ਤੇ ਉਹਨਾਂ ਦੇ ਨਾਵਲ ਪੜ੍ਹ ਕੇ ਮੈਂ ਪਹਿਲਾ ਨਾਵਲ ਮੇਰਾ ਰਾਤ ਬਾਕੀ ਹੈ ਸੀ। ਸੋ ਮੈਂ ਤਾਂ ਆਪ ਨਿੱਜੀ ਤੌਰ ਤੇ ਵੀ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ। ਲੇਕਿਨ ਬਹੁਤ ਸਾਰੇ ਦੋਸਤ ਉੱਥੇ ਗਏ, ਸੱਚਮੁੱਚ ਹੀ ਮੇਲਾ ਲੱਗਿਆ। ਸੁਰਜੀਤ ਸਿੰਘ ਪਾਤਰ ਨੇ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਗੌਰਵ ਜਿਹੜਾ ਪੰਜਾਬ ਦਾ ਇਨਾਮ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਭਾਵੇਂ ਨਹੀਂ ਪਹੁੰਚ ਸਕੇ, ਲੇਕਿਨ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨੂੰ ਜਿਹੜੀ ਲੈਟਰ ਲਿਖੀ ਆ, ਅਸੀਂ ਉਹਦੀ ਸਪੋਰਟ ਕਰਦੇ ਹਾਂ ਕਿ ਇਹਨਾਂ ਨੂੰ ਪਦਮ ਵਿਭੂਸ਼ਣ ਨਾਲ ਨਵਾਜਿਆ ਜਾਵੇ ਔਰ ਇੱਕ ਟਿਕਟ ਵੀ ਜਾਰੀ ਕੀਤੀ ਜਾਵੇ। ਬਹੁਤ ਵੱਡਾ ਰਾਈਟਰ ਹੈ, 50 ਤੋਂ ਵੱਧ ਨਾਵਲ ਅਤੇ ਕਿਤਾਬਾਂ ਲਿਖੀਆਂ ਨੇ। ਔਰ ਉੱਥੇ ਜਿਹੜੇ ਸਾਹਿਤਕਾਰ ਗਏ ਉਹਨਾਂ ਨੇ ਜਿਹੜਾ ਹੈ ਇਹ ਜਸ਼ਨ ਕੱਲ੍ਹ ਤਕਰੀਬਨ 4 ਵਜੇ ਤੋਂ ਲੈ ਕੇ ਰਾਤ ਦੇ 6-7 ਵਜੇ ਤੱਕ ਮਨਾਇਆ। ਔਰ ਆ ਕੇ ਜਦੋਂ ਸਵੇਰੇ ਮੇਰੇ ਨਾਲ ਗੱਲਬਾਤ ਹੋਈ ਦੋਸਤਾਂ ਦੀ, ਕਿਉਂਕਿ ਮੈਂ ਖੁਦ ਨਹੀਂ ਜਾ ਸਕਿਆ, ਤਾਂ ਉੱਥੇ ਜੋ ਦੱਸਿਆ ਅਤੇ ਉੱਥੇ ਫਿਰ ਮੈਂ ਇੱਕ ਟਿੱਪਣੀ ਕੀਤੀ ਕਿ ਜੇ ਮੈਂ ਉੱਥੇ ਹੁੰਦਾ ਤਾਂ ਪੰਜਾਬੀ ਜਿਹੜਾ ਸੱਭਿਆਚਾਰ ਦਾ ਇਹ ਸਾਡਾ ਮੋਢੀ ਨਾਵਲਕਾਰ ਜਿਹਨੂੰ ਮੰਨ ਸਕਦੇ ਹਾਂ, ਜਿਹੜਾ ਪਹਿਲਾ ਸਾਡਾ ਸਾਹਿਤਕਾਰ ਹੈ ਜਿਹੜਾ ਸੋਮੇ ਦੇ ਵਿੱਚ ਕਰਨ ਲਈ ਪੂਰਾ ਕਰਨ ਦੇ ਜਿਹੜੀ ਸਾਨੂੰ ਆਸ ਹੈ, ਉਹਦੇ ਜਨਮ ਦਿਨ 'ਤੇ ਜੇ ਘੱਟੋ ਘੱਟ ਹੋਰ ਕੁਛ ਨਹੀਂ ਸੀ, ਪਕੌੜਿਆਂ ਅਤੇ ਜਲੇਬੀਆਂ ਦਾ ਜੇ ਲੰਗਰ ਲੱਗਿਆ ਹੁੰਦਾ ਤਾਂ ਬਹੁਤ ਚੰਗੀ ਗੱਲ ਹੋਣੀ ਸੀ। ਅਤੇ ਮੇਰਾ ਦਿਲ ਕਰਦਾ ਸੀ ਕਿ ਮੈਂ ਲਾਵਾਂ, ਅਤੇ ਇਹ ਇਸ ਤਰ੍ਹਾਂ ਕੱਲ੍ਹ ਲੋਕਾਂ ਨੇ ਉੱਥੇ ਜਦੋਂ ਬਹੁਤ ਸਾਰੇ ਨਾਮੀ ਸਾਹਿਤਕਾਰ ਉੱਥੇ ਪਹੁੰਚੇ ਹੋਏ ਸੀ, ਅਤੇ ਜਿਨ੍ਹਾਂ 'ਚੋਂ ਮੈਂ ਜੇ ਨਵਾਂ ਪਟਿਆਲੇ ਤੋਂ ਵੀ ਰਜਿੰਦਰਪਾਲ ਬਰਾੜ ਗਏ ਸੀ, ਚਰਨਜੀਤ ਕੌਰ ਬਰਾੜ ਗਈ ਸੀ, ਔਰ ਬਲਦੇਵ ਧਾਲੀਵਾਲ ਉੱਥੇ ਸੀ, ਬਲਦੇਵ ਸਿੰਘ ਮੋਗਾ ਜਿਹੜੇ ਸੜਕਨਾਮਾ ਜਿਹੜੇ ਉਹ ਨਾਵਲਕਾਰ ਉੱਥੇ ਸੀ। ਤੋ ਲਗਭਗ ਲੁਧਿਆਣੇ ਦਾ ਸੁਰਿੰਦਰ ਕੈਲੇ, ਗੁਲਜ਼ਾਰ ਪੰਧੇਰ, ਬਹੁਤ ਵੱਡੀ ਗਿਣਤੀ 'ਚ ਲੋਕ ਉੱਥੇ ਗਏ ਸੀ। ਅੱਜ ਵੀ ਜਾਣਾ, ਔਰ ਜਿਹੜੇ ਉਹਨਾਂ ਦਾ ਦੋਹਤਾ ਹੈ ਸੁਮੇਲ ਸਿੰਘ ਸਿੱਧੂ, ਉਹਨਾਂ ਨੂੰ ਮੈਂ ਸੁਨੇਹਾ ਭੇਜਿਆ, ਉਹ ਸ਼ਾਇਦ ਅਗਲੇ  1-2 ਦਿਨਾਂ 'ਚ ਆਉਣਗੇ। ਅਸੀਂ ਨਾਵਲਕਾਰ ਜਸਵੰਤ ਸਿੰਘ ਕੰਵਲ ਬਾਰੇ ਉਹਨਾਂ ਦੇ ਰਾਹੀਂ, ਉਹਨਾਂ ਦੇ ਪਰਿਵਾਰਕ ਮੈਂਬਰ ਰਾਹੀਂ ਗੱਲਾਂ ਬਾਤਾਂ ਵੀ ਉਹਨਾਂ ਬਾਰੇ ਕਰਾਂਗੇ ਜੀ। ਡਾਕਟਰ ਸਾਹਿਬ, ਅੱਗੇ ਵਧੀਏ ਤਾਂ ਦੇਸ਼ ਵਾਂਗ ਪੰਜਾਬ ਵਿੱਚ ਵੀ BJP ਨੇ ਐਮਰਜੈਂਸੀ ਦੀ ਵਰੇਗੰਢ ਨੂੰ ਕਾਲੇ ਦਿਨ ਵਜੋਂ ਮਨਾਇਆ, ਕਾਂਗਰਸ ਨੂੰ ਘੇਰਿਆ। ਮਨਦੀਪ, ਕੋਈ ਵੀ ਸਿਆਸੀ ਪਾਰਟੀ ਕੋਈ ਮੌਕਾ ਨਹੀਂ ਜਾਣ ਦੇਣਾ ਜੀ ਜੀ। ਅਤੇ ਅੱਜ ਤੋਂ 43 ਵਰੇ ਪਹਿਲਾਂ ਜਦੋਂ ਐਮਰਜੈਂਸੀ ਲੱਗੀ ਸੀ ਜੀ, ਅਤੇ ਉਸ ਵੇਲੇ ਨੂੰ ਯਾਦ ਕਰਾ ਕੇ ਕਾਂਗਰਸ ਘੇਰੀ ਜਾਂਦੀ ਹੈ ਇਹਦੇ 'ਚ, ਅਤੇ ਇਲੈਕਸ਼ਨ ਦਾ ਸਾਲ ਹੋਵੇ, ਮੌਕਾ ਹੋਵੇ ਅਤੇ ਮੋਦੀ ਹੋਵੇ, ਇਹ ਤਾਂ ਹੋ ਨਹੀਂ ਸਕਦਾ ਕਿ ਉਹ ਨਾ ਕਰੇ। ਮੋਦੀ ਸਾਹਿਬ ਨੇ ਉੱਤੋਂ ਘੇਰਿਆ, ਪੰਜਾਬ 'ਚ ਸੁਵੇਦ ਮਾਲਕ ਨੇ ਘੇਰਿਆ, ਔਰ ਕਿਹਾ ਕਿ ਇਹ ਇੱਕ ਪਰਿਵਾਰ ਨੂੰ ਬਚਾਉਣ ਲਈ ਇਹ ਜਿਹੜਾ ਹੈ ਐਮਰਜੈਂਸੀ ਲਾਈ ਗਈ ਸੀ। ਔਰ ਉਸੇ ਐਮਰਜੈਂਸੀ ਦੀ ਦੇਣ ਹੈ ਬਹੁਤ ਸਾਰੇ ਲੀਡਰ ਜਿਹੜੇ ਹਿੰਦੁਸਤਾਨ 'ਚੋਂ ਨਾਰਾਜ ਕਰ ਰਹੇ ਨੇ, ਲਾਲੂ ਪ੍ਰਸ਼ਾਦ ਯਾਦਵ, ਨਿਤੀਸ਼ ਕੁਮਾਰ, ਸਮਝੋ ਵੀ ਇਹ ਸਾਰਾ ਜਿਹੜਾ ਗਰੁੱਪ ਹੈ ਕਾਂਗਰਸ ਤੋਂ ਬਾਅਦ, ਜਿਹੜੀ ਭਾਰਤੀ ਜਨਤਾ ਪਾਰਟੀ ਵੀ ਵੈਸੇ ਉਹਨਾਂ ਸਮਝੌਤੇ 'ਚ ਸੀ, ਲੇਕਿਨ ਜਿਹੜਾ ਤੀਜਾ ਫਰੰਟ ਜਦੋਂ ਆਪਾਂ ਦੇਖਦੇ ਹਾਂ ਸਮਾਜਵਾਦੀ, RJD, ਸਾਰੀਆਂ ਜਿਹੜੀਆਂ ਪਾਰਟੀਆਂ ਨੇ ਇਹ ਉਸੇ ਐਮਰਜੈਂਸੀ ਦੇ ਵਿਰੋਧ 'ਚੋਂ ਨਿਕਲੀਆਂ ਨੇ। ਔਰ ਅਕਾਲੀ ਦਲ ਨੇ ਇਹ ਮੋਰਚਾ ਲਾਇਆ ਸੀ, ਅਤੇ ਪਹਿਲੀ ਵਾਰ ਹੈ ਕਾਂਗਰਸ ਔਰ ਅਕਾਲੀਆਂ ਦਾ ਜਿਹੜਾ ਸਿੱਧਾ ਟਕਰਾਅ ਹੋਇਆ ਉਹ ਐਮਰਜੈਂਸੀ ਤੋਂ ਹੋਇਆ। ਐਮਰਜੈਂਸੀ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਾਂਗਰਸ ਦਾ ਅਕਾਲੀ ਦਲ ਨਾਲ ਕੋਈ ਟਕਰਾਅ ਨਹੀਂ ਸੀ। ਪਹਿਲੀ ਇਲੈਕਸ਼ਨ ਪ੍ਰਕਾਸ਼ ਸਿੰਘ ਬਾਦਲ ਹੋਰੀ ਕਾਂਗਰਸ ਦੀ ਟਿਕਟ 'ਤੇ ਜਿੱਤੇ ਸੀ ਜੀ, ਅਤੇ ਪਹਿਲਾਂ ਬਹੁਤ ਸਾਰੇ ਬੰਦੇ ਕਾਂਗਰਸੀ ਔਰ ਅਕਾਲੀ ਇੱਕ ਦੂਜੇ ਦੇ ਨਾਲ ਕੋਈ ਇੱਧਰੋਂ ਕੋਈ ਉੱਧਰੋਂ ਇਲੈਕਸ਼ਨ ਲੜਦੇ ਰਹੇ ਨੇ, ਲੇਕਿਨ ਉਦੋਂ ਬਾਅਦ ਕਾਂਗਰਸ ਨਾਲ ਦੂਰੀਆਂ ਵਧੀਆਂ। ਔਰ ਜਿਹੜਾ ਫਿਰ ਅਸੀਂ ਦੇਖਿਆ ਆਪਰੇਸ਼ਨ ਬਲੂ ਸਟਾਰ ਦੇਖਿਆ, ਦਿੱਲੀ ਦੀ ਕਤਲੋ ਗਰਥ ਦੇਖੀ, ਸਾਰਾ ਕੁਛ ਕਾਂਗਰਸ ਨਾਲ ਉਦੋਂ ਹੋਇਆ ਸੀ ਜੀ। ਡਾਕਟਰ ਸਾਹਿਬ, ਅੱਗੇ ਵਧੀਏ, ਬਲੀ ਦੇਣ ਦੇ ਲਈ ਡੇਲੋ ਤੋਂ ਅਗਵਾ ਕੀਤਾ 2.5 ਸਾਲਾ ਬੱਚਾ, ਖਰੜ ਤੋਂ ਬਰਾਮਦ। ਮੰਦੀ, ਬਹੁਤ ਦੁੱਖ ਹੁੰਦਾ ਕਿ ਇਸ ਜਿਹੜੀ ਏਜ ਜਿਹਨੂੰ ਇਨਫੋਰਮੇਸ਼ਨ ਏਜ ਕਹਿੰਦੇ ਆ, ਮੀਡੀਆ ਦੀ ਉਮਰ ਕਹਿੰਦੇ ਆ, ਉਹਦੇ ਵਿੱਚ ਇਹ ਹਾਲ ਹੈ। ਹੋਇਆ ਹੈ ਕਿ ਇੱਕ ਕੁੜੀ ਨੇ, ਉਹਦਾ ਵਿਆਹ ਤੀਜਾ ਵਿਆਹ ਨਾਲੇ ਪਹਿਲਾਂ ਨਹੀਂ ਜੀ, ਤੀਜਾ ਵਿਆਹ ਕਰਾਉਣ ਨੂੰ ਫਿਰਦੀ ਹੈ। ਉਹਨੂੰ ਕਿਸੇ ਤਾਂਤਰਿਕ ਨੇ ਦੱਸਿਆ ਤੈਨੂੰ ਤੀਜੇ ਵਿਆਹ 'ਚ ਵਧੀਆ ਮੁੰਡਾ ਮਿਲ ਜੂ, ਤੇਰਾ ਵਿਆਹ ਵੀ ਹੋਜੂ, ਜੇ ਤੂੰ 2.5 ਸਾਲ ਦੇ ਤੱਕ ਦੇ ਬੱਚੇ ਦੀ ਬਲੀ ਦੇ ਦੇ, ਮੁੰਡੇ ਦੀ ਉਹ ਵੀ ਕਿਸੇ ਜੀ। ਅਤੇ ਉਹਨੇ ਚੱਕਿਆ ਮੁੰਡਾ ਡੇਲੋ ਤੋਂ ਜੀ, ਡੇਲੋ ਤੋਂ ਮੁੰਡਾ ਚੱਕ ਕੇ ਉਹ ਖਰੜ ਤੁਰੀ ਫਿਰਦੀ ਸੀ, ਨਾਲ ਉਹਦਾ ਇੱਕ ਸਾਥੀ ਸੀ ਜੀ। ਅਤੇ ਅਚਾਨਕ ਹੀ ਪੁਲਿਸ ਨੂੰ ਥੋੜ੍ਹਾ ਇਹ ਭੁਲੇਖਾ ਪਿਆ ਜਾਂ ਸ਼ੱਕ ਹੋਇਆ ਕਿ ਇਹ ਬੱਚਾ ਜਿਵੇਂ ਜਾ ਰਹੀ ਹੈ ਜੋੜੀ, ਇਹ ਸਹੀ ਨਹੀਂ। ਉਹਨਾਂ ਨੇ ਵੈਸੇ ਹੀ ਘੇਰ ਕੇ ਪੁੱਛਿਆ ਵੀ ਤੁਸੀਂ ਕਿੱਧਰ ਨੂੰ ਮੂੰਹ ਚੱਕਿਆ ਜੀ। ਉਹ ਡਰ ਗਏ, ਚੋਰ ਦੇ ਕਿਹੜਾ ਪੈਰ ਹੁੰਦੇ ਨੇ ਜੀ ਜੀ।
ਤੇ ਉਹ ਮੰਨ ਗਏ ਤੇ ਉਹਨੇ ਦੱਸਿਆ ਵੀ ਅਸੀਂ ਤਾਂ ਮੁੰਡੇ ਦੀ ਬਲੀ ਦੇਣ ਚੱਲੇ ਹਾਂ ਅਤੇ ਤਾਂ ਕਿ ਮੇਰਾ ਵਿਆਹ ਹੋ ਜਾਵੇ। ਅਤੇ ਹੁਣ ਬੱਚੇ ਨੂੰ ਫੜ ਕੇ ਡੇਲੋਂ ਥਾਣੇ 'ਚ ਰਪਟ ਦਰਜ ਸੀ, ਬੱਚਾ ਮਾਪਿਆਂ ਦੇ ਹਵਾਲੇ ਕੀਤਾ, ਉਹ ਜੇਲ੍ਹ ਦੀ ਜਿਹੜੀ ਹਵਾ ਖਾਣਗੇ। ਅਤੇ ਮੈਂ ਕਹਿਣਾ ਵੀ ਇਹਦੇ ਨਾਲੋਂ ਜਿਹੜੇ ਤੰਤਰਕ ਬੈਠੇ ਨੇ ਨਾ, ਉਹਨਾਂ ਦੇ ਛਿੱਤਰ ਪਲੇਟ ਜ਼ਿਆਦਾ ਹੋਣੀ ਚਾਹੀਦੀ ਹੈ, ਉੱਧਰ ਧਿਆਨ ਦੇਣ ਦੀ ਲੋੜ ਹੈ। ਪਰ ਕਰੀਏ ਕੀ, ਸਾਡੇ ਤਾਂ ਮੀਡੀਆ ਦੇ ਵਿੱਚ ਵੀ ਇਹੋ ਜਿਹਾ ਕੁਛ ਚੱਲ ਰਿਹਾ, ਸਾਡੇ ਕੈਨੇਡਾ ਦੇ ਇੰਨੇ ਅਖਬਾਰ ਨੇ ਤੇ ਉਹ ਭਰੇ ਪਏ ਨੇ ਇਸ ਗੱਲ 'ਚ, ਵਸੀਕਰਨ ਦੇ, ਜੇ ਸੱਸ ਨੂੰ ਬਸ 'ਚ ਕਰਨਾ ਤਾਂ ਇਹ ਕਰੋ, ਔਰਤ ਨੂੰ ਬਸ 'ਚ ਕਰਨਾ ਇਹ ਕਰੋ, ਪਤੀ ਨੂੰ ਬਸ 'ਚ ਕਰਨਾ, ਇੰਨੇ ਜ਼ਿਆਦਾ ਇਸ਼ਤਿਹਾਰ ਨੇ ਤੇ ਅਖਬਾਰਾਂ ਦੇ ਅਖਬਾਰ ਚੱਲ ਰਹੇ ਨੇ, ਅਸੀਂ ਪਤਾ ਨਹੀਂ ਕਿਸ ਪਾਸੇ ਨੂੰ ਚੱਲੇ। ਗੱਲਾਂ ਅਸੀਂ ਕਰਦੇ ਹਾਂ ਕਿ ਬਾਬਾ ਨਾਨਕ ਦੀ ਧਰਤੀ 'ਤੇ ਅਸੀਂ, ਜਿਨ੍ਹਾਂ ਨੇ ਵਹਿਮਾਂ ਭਰਮਾਂ ਤੋਂ ਸਾਨੂੰ ਦੂਰ ਕੀਤਾ, ਅਸੀਂ ਗ੍ਰਸੇ ਹੋਏ ਵਹਿਮਾਂ ਭਰਮਾਂ 'ਚ ਹੀ ਹਾਂ ਜੀ। ਡਾਕਟਰ ਸਾਹਿਬ, ਆਈ ਹਰਿਆਲੀ ਐਪ ਦੀ ਜੇ ਹੁਣ ਗੱਲ ਕਰ ਲਈਏ ਤਾਂ ਸੰਗਰੂਰ ਬੂਟੇ ਰਜਿਸਟਰ ਕਰਾਉਣ ਦੇ ਵਿੱਚ ਸਭ ਤੋਂ ਮੂਹਰੇ ਬਣਿਆ ਜੀ। ਹਾਂਜੀ ਮਨਦੀਪ, ਦੇਖੋ ਆਈ ਹਰਿਆਲੀ ਅਸੀਂ ਕਹਿੰਦੇ ਹਾਂ, ਲਗਾਤਾਰ ਕਹਿ ਰਹੇ ਹਾਂ ਕਿ ਜੇ ਪੰਜਾਬ ਨੂੰ ਬਚਾਉਣਾ ਨਸ਼ਿਆਂ ਤੋਂ ਤੇ ਦੂਜਾ ਬਾਈ ਇੱਥੇ ਫੋਰੈਸਟ ਕਵਰ ਲਾਓ, ਬੂਟੇ ਲਾਓ, ਹਰ ਬੰਦਾ ਲਾਵੇ ਜੀ। ਤੇ ਇੱਕ ਸਰਕਾਰ ਨੇ ਆਈ ਹਰਿਆਲੀ ਨਾਂ ਦੀ ਐਪ ਬਣਾਈ ਹੈ, ਜਿਹਦੇ ਵਿੱਚ ਤੁਹਾਨੂੰ ਫ੍ਰੀ ਬੂਟੇ ਮਿਲਦੇ ਨੇ। ਸੰਗਰੂਰ ਜ਼ਿਲ੍ਹੇ ਨੇ 20,000 ਤੋਂ ਵੱਧ ਕੱਲ੍ਹ ਤੱਕ ਰਜਿਸਟਰ ਕਰਾਏ ਨੇ ਜੀ। ਇੱਥੇ ਨਾ ਜਿਹੜੀ ਸੜਕ ਬਣੀ ਹੈ ਜਿੱਥੇ ਆਪਣਾ ਚੈਨਲ 'ਚ ਆਪਾਂ ਬੈਠੇ ਹਾਂ, ਸਾਰੇ ਜਿਹੜੇ ਦਰਸ਼ਕ ਜਾਣਦੇ ਨੇ, ਇਹ ਚੈਨਲ ਚੜ੍ਹਦੀ ਕਲਾ ਟਾਈਮ TV ਪਟਿਆਲਾ ਦੇ ਵਿੱਚੋਂ ਚੱਲਦਾ। ਇਹ ਇਕੱਲਾ ਚੈਨਲ ਜਿਹੜੇ ਬੰਗਲਾ ਸਾਹਿਬ ਤੋਂ 8 ਘੰਟੇ ਜਿਹੜਾ ਇੱਥੇ ਸਿੱਧਾ ਪ੍ਰਸਾਰਣ ਹੇਮਕੋਟ ਸਾਹਿਬ ਤੋਂ ਲਾਈਵ ਜਿਹੜੀ ਹੈ ਟੈਲੀਕਾਸਟਿੰਗ ਹੁੰਦੀ ਹੈ, ਲੇਕਿਨ ਇਹਦਾ ਹੈੱਡਕੁਆਟਰ ਜਿਹੜਾ ਹੈ ਚੜ੍ਹਦੀ ਕਲਾ ਅਖਬਾਰ ਦਾ ਅਤੇ ਇਹ ਪਟਿਆਲਾ। ਇਹਦੇ ਸਾਹਮਣੇ ਜਿਹੜੀ ਸੜਕ ਜਾਂਦੀ ਹੈ ਚੰਡੀਗੜ੍ਹ ਤੋਂ ਬਠਿੰਡੇ ਵਾਲੀ, ਉੱਥੇ ਸਾਰੇ ਦਰਖਤ ਜਿਹੜੇ ਕੱਟ ਦਿੱਤੇ ਗਏ ਸੀ ਅਤੇ ਸੜਕ ਬਣਾ ਦਿੱਤੀ। ਚਾਹੀਦਾ ਇਹ ਸੀ ਕਿ ਇੱਕ ਦੇ ਬਦਲੇ 3-4 ਦਰਖਤ ਲਾਉਣੇ, ਕਾਨੂੰਨ ਇਹ ਕਹਿੰਦਾ। ਹੁਣ ਇਹ ਹੋਇਆ ਕਿ ਸੰਗਰੂਰ ਦੇ ਏਰੀਏ ਦੇ ਵਿੱਚ, ਕਿਉਂਕਿ ਸੰਗਰੂਰ ਵਿੱਚ ਦੀ ਵੀ ਨਿਕਲਦੀ ਹੈ, ਗਵਾਰ ਕੰਸਟਰਕਸ਼ਨ ਕੰਪਨੀ ਜਿਹਨੇ ਸੜਕ ਬਣਾਈ ਹੈ ਉਹਦੀ ਇਹ ਡਿਊਟੀ ਲੱਗੀ ਹੈ, ਜਿਹੜੇ ਬੂਟੇ ਇੱਥੇ ਲੱਗਣਗੇ ਉਹ ਅਗਲੇ 5 ਸਾਲਾਂ ਤੱਕ ਉਹ ਕੰਪਨੀ ਜਿਹੜੀ ਹੈ ਉਹਦੀ ਦੇਖਭਾਲ ਕਰੂਗੀ। ਬਹੁਤ ਵਧੀਆ ਗੱਲ ਹੈ। ਮੈਂ ਤਾਂ ਇਹ ਵੀ ਕਹਿਣਾ ਉਹ ਕੰਪਨੀ ਕਰੇ ਜਾਂ ਜਿਹੜੇ ਪਿੰਡ ਦੇ ਮੂਹਰਦੀ ਨਿਕਲਦੇ ਨੇ ਉਹ ਪਿੰਡ ਵਾਲੇ ਕਰਨ, ਲੇਕਿਨ ਬੂਟੇ ਲਾਓ ਵੀ, ਉਹਨਾਂ ਦੀ ਸੇਵਾ ਵੀ ਕਰੋ, ਤਾਂ ਗੱਲ ਬਣੇਗੀ। ਜਿਵੇਂ ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਕਰਦੇ ਨੇ, ਇਸ ਤਰ੍ਹਾਂ ਆਪਾਂ ਉਸ ਪਾਸੇ ਨੂੰ ਲੱਗੀਏ ਤਾਂ ਅਸੀਂ ਪੰਜਾਬ ਦਾ ਭਲਾ ਕਰ ਰਹੇ ਹੋਵਾਂਗੇ ਜੀ। ਡਾਕਟਰ ਸਾਹਿਬ, ਅਮਰਜੀਤ ਸੰਧੋਵਾ ਤੇ ਹਮਲਾ ਕਰਨ ਵਾਲੇ ਮੁੱਖ ਦੋਸ਼ੀ ਨੇ ਕੱਲ੍ਹ ਪੁਲਿਸ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ। ਹਾਂਜੀ, ਅਜਵਿੰਦਰ ਸਿੰਘ ਹੈ, ਕਿੰਨਾ ਚਿਰ ਭੱਜਿਆ ਫਿਰਦਾ, ਬਾਕੀ ਤਾਂ ਫੜੇ ਗਏ ਸੀ 5, 2 ਰਹਿ ਗਏ ਸੀ ਅਜਵਿੰਦਰ ਤੇ ਬਚਿੱਤਰ, ਕੱਲ੍ਹ ਉਹ SSP ਦੇ ਸਾਹਮਣੇ ਚਲੇ ਗਏ। ਹੁਣ ਤਾਂ ਕੇਸ, ਕਿਉਂਕਿ ਸਾਹਮਣੇ ਵੀਡੀਓ ਚੱਲ ਰਹੀ ਹੈ, ਪਰੂਫ ਦੀ ਵੀ ਕੋਈ ਨਹੀਂ, ਹੁਣ ਤਾਂ ਅੱਗੇ ਜਿਹੜੀ ਕਾਨੂੰਨ ਦੀ ਕਾਰਵਾਈ ਦੇਖੀ ਜਾਊਗੀ ਕੀ ਬਣਦਾ ਉਹਨਾਂ ਜੀ। ਡਾਕਟਰ ਸਾਹਿਬ, ਖਮਾਣੋ ਦੇ ਤਹਿਸੀਲਦਾਰ ਜਿਸ ਦੀ ਵੀਡੀਓ ਵਾਇਰਲ ਹੋਈ ਸੀ, ਰਫੂਲ ਸਿੰਘ, ਉਸਨੂੰ ਮੁਅੱਤਲ ਕਰ ਦਿੱਤਾ ਗਿਆ ਜੀ। ਦੇਖੋ ਜੀ, ਹਰਫੂਲ ਨੇ ਬੜੀ ਹਿੰਮਤ ਨਾਲ ਸਾਰੀਆਂ ਗੱਲਾਂ ਸੱਚ ਦੱਸੀਆਂ ਸੀ ਜੀ। ਹੁਣ ਸੁਖਪਾਲ ਖਹਿਰਾ ਜਿਹੜੇ ਵਿਰੋਧੀ ਧਿਰ ਦੇ ਨੇਤਾ, ਕਿਉਂਕਿ ਵੀਡੀਓ ਇੰਨੀ, ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ, ਵੀਡੀਓ ਵਾਇਰਲ ਹੋ ਗਈ, ਉਹਨੂੰ ਨਹੀਂ ਪਤਾ ਸੀ ਕਿ ਮੇਰੀ ਵੀਡੀਓ ਵੀ ਬਣ ਰਹੀ ਹੈ। ਉਹ ਤਾਂ ਮੋਟਰ 'ਤੇ ਬੈਠਾ, ਮੋਟਰ 'ਤੇ ਬੈਠਾ, ਦੱਸੀ ਜਾ ਰਿਹਾ ਕਿ ਹਾਂ ਜੀ, ਇਹ ਤਾਂ ਬਿਨਾਂ ਸਰਦਾ ਹੀ ਨਹੀਂ। ਲਓ ਜੀ, ਕਹਿੰਦਾ ਪੈਸੇ ਤੋਂ ਬਿਨਾਂ ਕੌਣ, ਅਸੀਂ ਕਿੱਥੇ ਜੇਬ 'ਚ ਥੋੜ੍ਹੀ ਖਰਚਣੇ ਨੇ, ਅਸੀਂ ਤਾਂ MLA ਨੂੰ ਵੀ ਦੇਣੇ ਨੇ, ਅੱਗੇ ਮੰਤਰੀਆਂ ਤੱਕ ਪਹੁੰਚਾਉਣੇ ਨੇ, DC ਨੇ ਵੀ ਖਾਣੇ ਨੇ। ਉਹਨੇ ਸਭ ਕੁਝ ਸੱਚ ਦੱਸਤਾ ਅਤੇ ਹੁਣ ਸੱਚ ਨੂੰ ਫਾਂਸੀ ਹੁੰਦੀ ਹੈ, ਅੱਜ ਅਸੀਂ ਕਮਲ ਦਾ ਮਨਾ ਕੇ ਤਾਂ ਹਟੇ ਹਾਂ। ਅਤੇ ਹਰਫੂਲ ਸਿੰਘ ਜੀ ਵਿਚਾਰੇ ਹੁਣ ਮੱਤਲ ਹੋ ਗਏ ਨੇ, ਵੈਸੇ ਸ਼ਾਇਦ ਉਹ ਕੈਨੇਡਾ ਗਿਆ ਹੋਇਆ, ਆਉਂਦਿਆਂ ਨੂੰ ਪਤਾ ਲੱਗ ਹੀ ਗਿਆ ਹੋਊਗਾ। ਤੋ ਸੱਚਮੁੱਚ ਜਿਹੜੀ ਇਹ ਗੱਲ ਹੈ, ਉਹਨੂੰ ਮੱਤਲ ਕਰਨ ਨਾਲ ਲਈ, ਸੱਚ ਦੀ ਜ਼ਬਾਨ ਨੂੰ ਦਬਾਉਣ ਨਾਲ ਨਹੀਂ ਗੱਲ ਬਣਦੀ ਜੀ। ਗੱਲ ਤਾਂ ਇਹ ਬਣਦੀ ਹੈ ਕਿ ਇਹਦੀ ਇਨਕੁਆਇਰੀ ਹੋਵੇ ਬਿਲਕੁਲ, ਔਰ ਜਿਹੜੇ ਬੰਦਿਆਂ ਬਾਰੇ ਉਹਨੇ ਇਸ਼ਾਰਾ ਕੀਤਾ, ਚਾਹੇ ਕੋਈ ਵੀ ਪਾਰਟੀ ਦਾ MLA ਹੈ ਜੀ, ਉਹ 'ਤੇ ਵੀ ਕਾਰਵਾਈ ਹੋਵੇ ਤਾਂ ਕੁਛ ਗੱਲ ਬਣਦੀ ਹੈ ਜੀ। ਡਾਕਟਰ ਸਾਹਿਬ, ਇਹੀ ਆਸ ਕਰਦੇ ਹਾਂ ਕਿ ਕਾਰਵਾਈ ਵੀ ਹੋਵੇ ਜੀ। ਬਹੁਤ ਧੰਨਵਾਦ ਆਪ ਜੀ ਦਾ ਸ਼ੋਅ ਵਿੱਚ ਆਉਣ ਦੇ ਲਈ, ਧੰਨਵਾਦ ਦਰਸ਼ਕਾਂ ਦਾ, ਹੁਣ ਸਾਨੂੰ ਦਿਓ ਅੱਗੇ। ਸਤਿ ਸ਼੍ਰੀ ਅਕਾਲ।